ਆਜੋ ਫਿਰ, ਜਿੱਦਾਂ ਜਿਸ ਹੱਦ ਤੱਕ ਲੜ ਸਕਦੇ ਆ ਜਾ ਲੜਾਂਗੇ ਫਿਰ, ਹੁਣ ਜੋ ਕਰਨਾ ਹੁਣ ਸਿੱਧੀਆਂ ਲੜਾਈਆਂ ਹੋਣਗੀਆਂ ਇਸ ਤਰ੍ਹਾਂ। ਪੰਜਾਬੀ ਗਾਇਕ ਰੁਪਿੰਦਰ ਹਾਂਡਾ ਇਸ ਵੀਡੀਓ 'ਚ ਸ਼ਰੇਆਮ ਲੜਾਈ ਦੀ ਚੇਤਾਵਨੀ ਦਿੰਦੀ ਨਜ਼ਰ ਆ ਰਹੀ ਹੈ। ਰੁਪਿੰਦਰ ਹਾਂਡਾ ਅਤੇ ਬੱਬੂ ਮਾਨ ਦੇ ਫੈਨਸ ਦਾ ਰੌਲਾ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਹੈ। ਉਸ ਦੇ ਚੱਲਦੇ ਰੁਪਿੰਦਰ ਹਾਂਡਾ ਨੇ ਉਹਨਾਂ ਲੋਕਾਂ ਨੂੰ ਵੰਗਾਰਿਆ ਹੈ ਜਿਨ੍ਹਾਂ ਨੇ ਉਸਦਾ ਫੇਸਬੁੱਕ ਪੇਜ ਹੈਕ ਕੀਤਾ ਸੀ। ਥੋੜ੍ਹੀ ਦੇਰ ਪਹਿਲਾਂ ਮੈਨੂੰ ਇੱਕ ਕਾਲ ਆਈ ਹੈ ਦਿੱਲੀ ਤੋਂ, ਹੈਦਰਾਬਾਦ ਕ੍ਰਾਈਮ ਬ੍ਰਾਂਚ ਦਾ ਕਹਿ ਕੇ ਮਲਹੋਤਰਾ ਕਰਕੇ ਨਾਮ ਦੱਸਿਆ ਸੀਗਾ ਬੰਦੇ ਨੇ, ਔਰ ਰਾਕੇਸ਼ ਮਲਹੋਤਰਾ ਨਾਮ ਦੱਸਿਆ ਸੀਗਾ। ਭਾਈ ਤੂੰ ਜੋ ਵੀ ਹੈਗਾ ਤੂੰ ਹੁਣ ਤਿਆਰ ਹੋ ਜਾ, ਜਿਹੜੀ ਜੰਗ ਤੁਸੀਂ ਸਾਰਿਆਂ ਨੇ ਛੇੜੀ ਆ, ਮੇਰਾ ਪੇਜ ਹੈਕ ਕਰਨ ਦੀ ਕੋਸ਼ਿਸ਼ ਕੀਤੀ ਆ, ਬਟ ਸਟਿਲ ਮੈਂ ਹਲੇ ਇੱਥੇ ਹੈਗੀ ਹਾਂ। ਮੇਰੀ ਆਵਾਜ਼ ਨੂੰ ਹੁਣ ਕੋਈ ਦੱਬ ਨਹੀਂ ਸਕਦਾ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿਹੜੀ ਹੁਣ ਜੰਗ ਛਿੜ ਗਈ ਉਹ ਛਿੜ ਗਈ ਆ, ਕੋਸ਼ਿਸ਼ ਕਰ ਲਓ ਜਿੰਨੀ ਮਰਜ਼ੀ। ਜਿਹਨੂੰ ਜਿੰਨਾ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਨਾ ਹੀ ਫੁਦਕ ਕੇ ਉੱਪਰ ਆਉਂਦਾ, ਠੀਕ ਹੈ ਜੀ। ਕਹਿੰਦੇ ਨਾ ਰੇਤ ਨੂੰ ਜਿੰਨਾ ਤੁਸੀਂ ਮੁੱਠੀ 'ਚ ਦਬਾਓਗੇ ਉਨਾ ਹੀ ਉਹ ਹੱਥਾਂ 'ਚ ਫਿਸਲਦਾ। ਸੋ ਹੁਣ ਜਿਹੜੀ ਜੰਗ ਇਹਨਾਂ ਨੇ ਸ਼ੁਰੂ ਕੀਤੀ ਆ ਹੁਣ ਪੂਰੀ ਮੈਂ ਐਂਡ ਤੱਕ ਲੈ ਕੇ ਜਾਊਂਗੀ, ਇੱਕ ਇੱਕ ਦੇ ਚਿੱਠੇ ਖੋਲੂੰਗੀ, ਇੱਕ ਇੱਕ ਦੇ ਸਾਰਾ ਕੁਛ ਸਾਹਮਣੇ ਲੈ ਕੇ ਆਊਂਗੀ। ਬਾਹਲੀਆਂ ਗੱਲਾਂ ਨਹੀਂ, ਔਰ ਜਿਹੜੇ ਵੀ ਜਿਹਨੇ ਵੀ ਜੇ ਲੜਨਾ ਹੈ ਨਾ ਬੰਦਿਆਂ ਤਰ੍ਹਾਂ ਲੜੋ ਯਾਰ, ਨਾ ਮਰਦਗੀ ਕੀ ਤੁਸੀਂ ਦਿਖਾ ਰਹੇ ਹੋ, ਤੁਸੀਂ ਮਰਦ ਹੀ ਨਹੀਂ ਹੈਗੇ, ਠੀਕ ਹੈ। ਤੁਸੀਂ ਜਿਸ ਤਰ੍ਹਾਂ ਦੀ ਗੱਲਾਂ ਕਰ ਰਹੇ ਹੋ ਮੈਨੂੰ ਵੀ ਨਹੀਂ ਚੰਗਾ ਲੱਗਦਾ, ਮੈਂ ਇੱਕ ਆਰਟਿਸਟ ਹਾਂ, ਮੈਂ ਹੋਰ ਹੀ ਗੱਲਾਂ 'ਚ ਫਸ ਰਹੀ ਹਾਂ, ਠੀਕ ਹੈ ਜੀ, ਮੈਨੂੰ ਇਹ ਚੀਜ਼ਾਂ ਨਹੀਂ ਪਸੰਦ। ਪਰ ਅਗਰ ਤੁਸੀਂ ਇਹ ਸਭ ਕੁਛ ਕਰ ਰਹੇ ਹੋ, ਅਗਰ ਇਹ ਸ਼ੁਰੂ ਹੋ ਹੀ ਗਿਆ, ਸਾਰੇ ਦੇਖ ਸਕਦੇ ਆ ਪੇਜ ਦਾ ਨਾਮ ਚੇਂਜ ਕਰ ਦਿੱਤਾ ਗਿਆ, ਸਭ ਕੁਛ ਚੇਂਜ ਹੋ ਗਿਆ, ਹੌਲੀ ਹੌਲੀ ਹੋਰ ਵੀ ਬੜਾ ਕੁਛ ਇੱਥੇ ਆਊਗਾ, ਸਾਰੇ ਇਸ ਚੀਜ਼ ਲਈ ਤਿਆਰ ਰਹਿਣ ਕਿ ਇਹ ਸਾਡੇ ਵੱਲੋਂ ਨਹੀਂ ਹੋਣ ਜਾ ਰਿਹਾ। ਜੋ ਕਰ ਰਿਹਾ ਮੇਰਾ ਹੇਟਰ ਕਰ ਰਿਹਾ, ਔਰ ਹੇਟਰਸ ਇਸ ਹੱਦ ਤੱਕ ਗਿਰ ਜਾਣਗੇ, ਉਹਨਾਂ ਨੂੰ ਇੰਨਾ ਡਰ ਲੱਗ ਗਿਆ ਕਿ ਕੁੜੀ ਇੱਕ ਬੋਲ ਰਹੀ ਹੈ ਤਾਂ ਅਸੀਂ ਕੁੜੀ ਨੂੰ ਚੁੱਪ ਕਰਾ ਦਈਏ। ਕੁੜੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਹੁਣ ਹੋਣਾ ਨਹੀਂ ਗਾ ਇਹ, ਹੁਣ ਤਾਂ ਛਿੜ ਗਈ। ਆਜੋ ਫਿਰ ਜਿੱਦਾਂ ਜਿਸ ਹੱਦ ਤੱਕ ਲੜ ਸਕਦੇ ਆ ਜਾਂ ਲੜਾਂਗੇ ਫਿਰ, ਹੁਣ ਜੋ ਕਰਨਾ ਹੁਣ ਸਿੱਧੀਆਂ ਲੜਾਈਆਂ ਹੋਣਗੀਆਂ ਇਸ ਤਰ੍ਹਾਂ, ਹੁਣ ਉਹ ਨਹੀਂ ਰਹਿ ਗਈਆਂ, ਹੁਣ ਸਿੱਧੀ ਜੰਗ ਹੋਊਗੀ। ਔਰ ਜਿਹੜੇ ਮੈਨੂੰ ਸਪੋਰਟ ਕਰਦੇ ਆ, ਅਗਰ ਅੱਜ ਇਹ ਪੇਜ ਨਾ ਰਿਹਾ, ਅਗਰ ਇਹ ਨਾ ਰਿਹਾ ਤਾਂ ਫਿਰ ਨਵਾਂ ਪੇਜ ਬਣੂਗਾ, ਤਾਂ ਫਿਰ ਦੇਖਦੇ ਹਾਂ ਕਿੰਨਾ ਰੋਕਦੇ ਆ। ਔਰ ਜਿਹੜੇ ਮੇਰੇ ਸਪੋਰਟਰਸ ਹੈ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਊਂਗੀ, ਰੁਪਿੰਦਰ ਹਾਂਡਾ ਦੀ ਆਈ ਡੀ ਹੈਗੀ ਆ, ਇਸ ਪੇਜ ਦੇ ਨਾਲ ਹੀ ਕਨੈਕਟ ਹੈਗੀ ਆ। ਫਿਲਹਾਲ ਦੇ ਲਈ ਅੱਗੇ ਜੋ ਵੀ ਹੋਊਗਾ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਊਂਗੀ, ਚਾਹੇ ਮੈਂ ਕਿਤੋਂ ਵੀ ਦਵਾਂ ਤੁਹਾਡੇ ਤੱਕ ਇਨਫੋਰਮੇਸ਼ਨ ਜ਼ਰੂਰ ਪਹੁੰਚੇਗੀ, ਔਰ ਪਰ ਦਿਖਾਉਂਗੀ ਮੈਂ ਇੱਕ ਵਾਰ ਜ਼ਰੂਰ। ਔਰ ਕੁੜੀ ਦਾ ਨਾਮ ਹੈ ਰੀਤ, ਰੀਤ ਕਰਕੇ ਕੁੜੀ ਹੈਗੀ ਆ, ਕੁੜੀ ਨਹੀਂ ਐਕਚੁਲੀ ਉਹ ਬੰਦਾ ਹੀ ਆ। ਸੋ ਜਿੱਥੋਂ ਵੀ ਇਹ ਸਾਰਾ ਸ਼ੜਿਅੰਤਰ ਰਚਿਆ ਗਿਆ, ਜੋ ਵੀ ਹੋਇਆ, ਆਪਾਂ ਇੱਧਰ ਜਾਣਾ ਜਿੱਥੇ ਵੀ ਜਿਹਦੇ ਵੀ ਥਰੂ ਹੋਇਆ, ਬਟ ਅ ਬਹੁਤ ਮਾੜੀ ਗੱਲ ਆ। ਇੰਨਾ ਡਰ ਗਿਆ ਕੁੜੀ ਤਾਂ ਮੈਂ ਸੋਚ ਨਹੀਂ ਸਕਦੀ ਸੀ ਕਿ ਇੱਕ ਇੱਕ ਕੁੜੀ ਇੰਨਾ ਹਿਲਾ ਕੇ ਰੱਖ ਦੂਗੀ ਇਹਨਾਂ ਸਾਰਿਆਂ ਨੂੰ, ਨਾ ਮਰਦ ਲੋਕਾਂ ਨੂੰ। ਖੁਸ਼ੀ ਹੈ ਇਸ ਗੱਲ ਦੀ ਕਿ ਤੁਸੀਂ ਡਰੇ ਹੋ, ਮੇਰੀਆਂ ਗੱਲਾਂ ਦਾ ਅਸਰ ਹੋਇਆ ਗਈਆਂ ਤੇ। ਰੁਪਿੰਦਰ ਹਾਂਡਾ ਨੇ ਕਿਹਾ ਕਿ ਹੁਣ ਇਹ ਮਾਮਲਾ ਥੰਮੇਗਾ ਨਹੀਂ, ਹੁਣ ਸਿੱਧੇ ਟਾਕਰੇ ਹੋਣਗੇ, ਇਸ ਤਰ੍ਹਾਂ ਦੀ ਹਰਕਤ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।